ਜੀ ਅਸਲਾਮ ਵਾਲੇਕੁਮ ਜੀ ਉਸਤਾਦ ਮੁਹਤਰਮ, ਕੋਈ ਰਹਿਨੁਮਾਈ ਕਰੋ ਸਾਡੇ ਨਾਲ। ਬੜੇ ਪਿਆਰੇ ਉਸਤਾਦ ਦਾ ਬੜਾ ਪਿਆਰਾ ਸ਼ੌਕ ਹੈ ਜੀ, ਕਮਗਰ ਉਸਤਾਦ ਨਾਲ ਸ਼ਾਮ ਸ਼ੌਕ ਕਰਾਤਾ ਕਮਗਰਾਂ ਦਾ। ਵੈਰੀ ਗੁੱਡ, ਇਹ ਉਹਨਾਂ ਦਾ ਵੱਡਾ ਪਾਨ ਹੈ ਜੀ। ਕ੍ਰਾਸ ਜੋੜਾ ਜੀ, ਕ੍ਰਾਸ ਕੈਸਾ ਰਿਜ਼ਲਟ ਦੇਣਾ ਕਰਾਸ ਦੇ ਵਿੱਚ ਇੱਕ ਮਗਰਾਂ ਦਾ? ਬਹੁਤ ਅੱਛਾ ਰਿਜ਼ਲਟ, ਬਹੁਤ ਅੱਛਾ ਰਿਜ਼ਲਟ ਹੈ। ਉਸਤਾਦ ਦੇ ਘਰ ਗਏ ਨੇ, ਬੇਤਹਾਸ਼ਾ ਉੱਡੇ ਨੇ ਫਾਟਕ ਵਾਲੀ ਛੱਤ 'ਤੇ। ਜੀ ਉਸਤਾਦ, ਜੰਮਦਾ ਬਾਲ ਕਬੂਤਰ ਕਹਿੰਦਾ ਕਿ ਅੱਜ ਤੇ ਕੱਲ ਸ਼ਾਮ ਨੂੰ ਭਾਵਾਂ, ਸ਼ਾਮ ਨੂੰ ਭਾਵਾਂ। ਉਹਦੇ ਪਿੱਛੇ ਜਿਹੜੀ ਮਿਹਨਤ ਹੈ ਉਹ ਕਿਸੇ ਨੂੰ ਕੋਈ ਪਤਾ ਨਹੀਂ ਹੈਗਾ। ਬਸ ਇਹ ਕਬੂਤਰ ਮੇਰਾ ਸ਼ਾਮ ਨੂੰ ਬਣਾ ਚਾਹੀਦਾ। ਮਿਹਰਬਾਨੀ ਸ਼ਾਹਿਦ ਭਾਈ, ਤੁਹਾਡੀ ਬੜੀ ਮਿਹਰਬਾਨੀ ਸਰ, ਤੁਹਾਡੀ ਹੈ ਨਵਾਜ਼ਿਸ਼। ਜੀ ਸ਼ਾਨੀ ਭਾਈ, ਤੁਸੀਂ ਕੁਝ ਕਹਿਣਾ ਚਾਹੋ? ਮੈਂ ਸਰ ਇਹੀ ਕਹਿਣਾ ਚਾਹਾਂਗਾ ਉਸਤਾਦ ਮਨਸੂਰ ਮਲਕ ਨੂੰ ਇਨਸ਼ਾਅੱਲਾ ਐਤਕੀ ਜਿੱਤ, ਬਹੁਤ ਅੱਛਾ ਰਿਜ਼ਲਟ ਆਏਗਾ ਇਨਸ਼ਾਅੱਲਾ, ਔਰ ਜਿੱਤ ਕੇ ਦਿਖਾਵਾਂਗੇ। ਔਰ ਅਮੀਨ ਭਾਈ, ਅੱਜ ਕੱਲ੍ਹ ਜਿਹੜੇ ਕਬੂਤਰਬਾਜ਼ ਨਵੀਂ ਜਨਰੇਸ਼ਨ ਉੱਠ ਰਹੀ ਹੈ, ਉਹਨਾਂ ਲਈ ਤੁਹਾਡਾ ਕੋਈ ਮੈਸੇਜ? ਮੈਸੇਜ ਇਹ ਯਾਰ, ਉਸਤਾਦਾਂ ਦੀ ਇੱਜ਼ਤ ਕਰਨ, ਕੰਮ ਨੂੰ ਸਮਝਣ ਪਹਿਲੇ, ਕੰਮ ਨੂੰ ਸਿੱਖਣ। ਉਹ ਇੰਝ ਹੀ ਉਹਨੇ ਸ਼ੁਰੂ ਤੋਂ ਫਲ ਫਲ ਪਾ ਕਬੂਤਰ ਦੜਵੀਆਂ ਕਬੂਤਰ ਲਿਆ, ਕਬੂਤਰ ਰੱਖ ਲਿਆ ਤਾਂ ਜਨਾਬ ਮੈਂ ਉਸਤਾਦ ਹਾਂ। ਨਹੀਂ, ਪਹਿਲੇ ਉਸਤਾਦਾਂ ਦੀ ਖਿਦਮਤ ਹੈ। ਉਸਤਾਦਾਂ ਨੇ ਆਪਣੀ ਜ਼ਿੰਦਗੀ ਸਰਫ ਕਰਤੀ ਕਬੂਤਰਾਂ ਦੇ ਚੱਕਰ। ਵੈਰੀ ਗੁੱਡ, ਉਹਨਾਂ ਦੀ ਖਿਦਮਤ, ਉਹਨਾਂ ਦੀ ਮਿਹਨਤ ਨੂੰ ਤਾਂ ਪਹਿਲੇ ਦੇਖੋ ਕਿ ਉਹਨਾਂ ਦੀ ਮਿਹਨਤ ਕਿੰਨੀ ਆ। ਅਸੀਂ ਕੀ ਕੀਤਾ ਉਹਨਾਂ ਵਾਸਤੇ? ਕੁਛ ਨਹੀਂ, ਕੁਝ ਵੀ ਨਹੀਂ। ਇਹੀ ਗੱਲ ਹੈ, ਪਹਿਲੇ ਉਹਨਾਂ ਨੂੰ ਉਸਤਾਦਾਂ ਦੀ ਇਹਤਰਾਮ ਕਰਨ, ਉਸਤਾਦਾਂ ਨੇ ਮਿਹਨਤ ਕਰਨ, ਉਹਨਾਂ ਕੋਲ ਸਿੱਖਣ ਪਹਿਲੇ ਕੰਮ, ਫਿਰ ਉਸ ਤੋਂ ਬਾਅਦ ਜਿਹੜਾ ਵੀ ਅੱਗੇ ਕੰਮ। ਸਹੀ, ਬੜੀ ਮਿਹਰਬਾਨੀ ਸਰ ਜੀ। ਉਸਤਾਦ ਜੀ, ਥੈਂਕ ਯੂ ਜੀ, ਬਹੁਤ ਸ਼ੁਕਰੀਆ ਸਰ, ਬੜੀ ਮਿਹਰਬਾਨੀ। ਲਓ ਜੀ, ਜਾ ਰਹੇ ਇਸ਼ਕੀਲ ਭਾਈ? ਬਸ ਜੀ, ਉਸਤਾਦ ਮੁਹਤਰਮ। ਹੋਰ ਜੀ, ਬਾਦਸ਼ਾਹ ਤੁਸੀਂ ਸੁਣਾਓ? ਖੈਰ ਖਰੀਅਤ ਹੈ, ਤਬੀਅਤ ਮਜਾਜ ਸਭ ਠੀਕ ਠਾਕ ਨੇ? ਉਸਤਾਦ ਨੂੰ ਮੇਰੇ ਵੱਲੋਂ, ਉਸਤਾਦ ਮੁਹਤਰਮ ਉਸਤਾਦ ਕੁਰਾਮ ਨੂੰ ਮੇਰੇ ਵੱਲੋਂ ਸਭ ਨੂੰ ਸਲਾਮ ਅਲੈਕਮ ਜਨਾਬ। ਮੈਂ ਛੋਟਾ ਯਾਦਨਾ ਜਿਹਾ ਉਸਤਾਦ ਹਾਂ, ਉਸਤਾਦ ਮੁਹਤਰਮ ਜਨਾਬ ਉਸਤਾਦ ਸਫਦਰ ਇਕਬਾਲ ਟੈਂਟ ਵਾਲਿਆਂ ਦਾ ਸ਼ਾਗਿਰਦ ਹਾਂ, ਅਤੇ ਸ਼ਾਨੀ ਦੀ ਛੱਤ ਦੇ ਉੱਤੇ ਆਏ ਹਾਂ। ਅਤੇ ਉਸਤਾਦ ਮਨਸੂਰ ਮਲਕ ਸਾਹਿਬ ਦੀ ਨਵਾਜ਼ਿਸ਼ ਹੈ, ਉਹਨਾਂ ਦੀ ਮੁਹੱਬਤ ਔਰ ਉਹਨਾਂ ਦਾ ਪਿਆਰ ਹੈ। ਸਾਡਾ ਮੈਸੇਜ ਉਹਨਾਂ ਵਾਸਤੇ ਕਿ ਖੁਦਾਵੰਦ ਉਹਨਾਂ ਨੂੰ ਇੱਜ਼ਤ ਬਖਸ਼ੇ, ਇੱਜ਼ਤ ਬਖਸ਼ੇ। ਬਹੁਤ ਜਨੂਨੀ ਔਰ ਬੜੇ ਅੱਛੇ ਕਬੂਤਰਬਾਜ਼ ਨੇ, ਨਯਾਬ ਕਬੂਤਰਬਾਜ਼ ਨੇ। ਉਸਤਾਦ ਇਹਸਾਨ ਸਾਬਰੀ ਸਾਹਿਬ ਦੇ ਸ਼ਾਗਿਰਦ ਨੇ, ਉਹਨਾਂ ਦੇ ਬਣਾਏ ਉਸਤਾਦ ਨੇ, ਔਰ ਅੱਛੀ ਪੱਗ ਉਹਨਾਂ ਦੇ ਕੋਲ ਹੈ, ਅੱਛੇ ਉਸਤਾਦਾਂ ਦੇ। ਮੇਰਾ ਮੈਸੇਜ ਇਹੋ ਹੀ ਤਮਾਮ। ਬੜੀ ਮਿਹਰਬਾਨੀ ਉਸਤਾਦ ਜੀ, ਬਹੁਤ ਸ਼ੁਕਰੀਆ ਸਰ, ਥੈਂਕ ਯੂ, ਮਤਲਬ ਥੈਂਕਸ ਜੀ। ਦੋਸਤੋ, ਇਹ ਸ਼ਾਨੀ ਭਾਈ ਹੈ ਜਿਸ ਕੀ ਛੱਤ ਪੇ ਇਸ ਟਾਈਮ ਮੌਜੂਦ ਹੈ ਹਮ। ਜੀ ਸ਼ਾਨੀ ਭਾਈ, ਆਪਕਾ ਕੋਈ ਮੈਸੇਜ ਦੇਣਾ ਚਾਹੇ ਕਬੂਤਰਬਾਜ਼ਾਂ ਕੋ? ਮੈਨੇ ਮੈਸੇਜ ਦੇ ਦੀ ਹੈ, ਇਨਸ਼ਾਅੱਲਾ ਬਾ ਦੁਆ ਕਰੇ ਮਾਰੇ ਲਈ, ਇਨਸ਼ਾਅੱਲਾ 25 ਛੱਤੋਂ ਕੇ ਸਭ ਆ ਗਈਆਂ ਆਪਣੀ ਭਾਈ। ਨਾਮ ਹੈ ਗਰੋਂ ਸੇ ਬਾਜ਼ੀਆਂ ਆਪਕੀ ਜੀ, ਜੀ ਇਨਸ਼ਾਅੱਲਾ। ਪਿਛਲੇ ਸਾਲ ਕਿਤਨੇ ਗਰੋਂ ਸੇ ਬਾਜ਼ੀ ਉੜੀ ਥੀ ਭਾਈ? 5 ਗਰੋਂ, 5 ਸੇ। ਇਸ ਬਾਰ 25 ਸੇ ਹੈ, ਇਸ ਦਫਾ 25। ਤੋ ਸ਼ਾਨੀ ਕੀ ਕਹਤੇ ਆਪ ਤਿਆਰੀ ਕੇ ਵਾਲੇ ਸੇ? ਆਪਨੇ ਤਾਂ ਕਬੂਤਰ ਉਡਾ ਕੇ ਦੇਖੇ ਹੈ ਜੀ। ਜੀ ਇਨਸ਼ਾਅੱਲਾ ਮਜ਼ਾ ਆਏਗਾ ਆਪਕੋ ਸ਼ਾਇਦ ਭਾਈ, ਆਪ ਵੀ ਇਧਰ ਹੀ ਹੋਗੇ ਮਾਸ਼ਾ ਇਨਸ਼ਾਅੱਲਾ। ਇਨਸ਼ਾਅੱਲਾ, ਕਿਉਂ ਜੀ, ਮੁੰਡੇ ਕੇ ਸਾਥ ਮੁੰਡਾ ਆਪਕੇ ਸਾਥ, ਜਾਂ ਕਹੇਗਾ ਹਮ ਸ਼ਾਨਾ ਬਿਸ਼ਾਨਾ ਆਪਕੇ ਸਾਥ ਖੜੇ ਹੈ ਜ਼ਰੂਰ। ਥੈਂਕ ਯੂ। ਔਰ ਸ਼ਾਇਦ ਭਾਈ ਮਾਰੇ ਇਤਨੇ ਪਿਆਰੇ ਹੈ ਕਿ ਜਬ ਆਵਾਜ਼ ਨੇ ਆ ਜਾਤੇ ਮਾਰੇ। ਨਹੀਂ ਜਨਾਬ, ਭਾਈ ਆਪ ਮੇਰੇ ਭਾਈਓਂ ਸੇ ਵੀ ਬੜ ਗਏ ਹੈ ਮੇਰੇ ਲਈ ਜੀ ਜੀ। ਔਰ ਇਨਸ਼ਾਅੱਲਾ ਤਾਲਾ ਐਸੇ ਹੀ ਰਹਿਣਗੇ ਹਮ ਜੀ ਜੀ, ਇਨਸ਼ਾਅੱਲਾ। ਆਮੀਨ ਜੀ, ਆਮੀਨ। ਔਰ ਉਸਤਾਦ ਜੀ, ਆਪਨੇ ਤਾਂ ਇਹ ਕਬੂਤਰ ਸਾਰੇ ਸ਼ੁਰੂ ਸੇ ਲੈ ਕੇ ਅਬ ਤੱਕ ਦੀ ਤਿਆਰੀ ਕੀ ਹੈ, ਇਨ ਕਬੂਤਰੋਂ ਕੇ ਹਵਾਲੇ ਸੇ ਕਿਆ ਕਹਤੇ ਹੈਂ? ਅੱਛੇ ਹੈ, ਬਸ ਮੁਕਾਬਲਾ ਹੋਊਗਾ ਤੋ ਪਤਾ ਚੱਲੇਗਾ। ਵੈਰੀ ਗੁੱਡ, ਹਾਂ, ਇਹ ਪਹਿਲੇ ਤੋਂ ਕੁਛ ਵੀ ਨਹੀਂ ਕਹਾ ਜਾ ਸਕਦਾ। ਐਸੇ ਹੀ ਹੈ, ਵੈਰੀ ਗੁੱਡ। ਜਾਫਰ ਭਾਈ, ਅਸਲਾਮ ਅਲੈਕੁਮ। ਜਾਫਰ ਖਾਕੀ, ਕੀ ਹਾਲ ਹੈ? ਜਾਫਰ ਭਾਈ ਨੇ ਮਲਟੋਨ ਤੋਂ, ਇਹਨਾਂ ਦਾ ਵੀ ਜੇੜ ਲੱਗਿਆ ਉਸਤਾਦ ਕਰਾਮ ਦੇ ਪੀਰ ਭਾਈ ਨੇ।
ਆ ਜਨਾਬ ਕੀ ਹਾਲ ਹੈ ਸੇਠ ਸਾਹਿਬ? ਤਬੀਅਤ ਠੀਕ ਹੈ? ਚੌਧਰੀ ਤਾਰਾ ਬਾਈ, ਤਾਰਾ ਬਾਈ ਅਸਲਾਮ ਅਲੈਕੁਮ, ਕੁਵੈਤ ਤੋਂ ਨਹੀਂ ਤਾਰਾ ਬਾਈ? ਅੱਛਾ ਅੱਛਾ ਜੀ, ਮਾਸ਼ਾਅੱਲਾ ਜੀ, ਮਾਸ਼ਾਅੱਲਾ ਜੀ, ਮਾਸ਼ਾਅੱਲਾ ਮਾਸ਼ਾਅੱਲਾ ਮਜ਼ਰ ਨਿਆਜ਼ੀ ਸਾਹਿਬ ਦੇ ਸ਼ਾਗਿਰਦ ਨੇ, ਮਾਸ਼ਾਅੱਲਾ ਜੀ, ਖੁਦਾਵੰਦ ਦੇ ਅੰਦਰ ਕੀ ਤੁਹਾਨੂੰ ਜੀ ਨੇ ਜੂਨ ਦੇ ਵਸਦੇ ਰਹਿਣ ਜੀ, ਜੂਨ ਦੇ ਵਸਦੇ ਰਹਿਣ ਸਾਰ ਸਹੀ ਮਿਠਾਈ ਤੇ ਖਾਣੀ ਸੀ ਖਾ ਰਹੀ। ਤਾਰਾ ਬਾਈ ਕੀ ਹਾਲ ਚਾਲ ਹੈ, ਕੈਸੀ ਤਬੀਅਤ? ਇਸ ਟਾਈਮ ਅਸੀਂ ਮੌਜੂਦ ਹਾਂ ਉਸਤਾਦ ਸਟੀਫਨ ਲਾਹੌਰ ਵਾਲੇ, ਜਿਹਨਾਂ ਛੱਤ 'ਤੇ ਪਰ ਪਟਾਈ ਦੀ ਰਸਮ ਹੋਈ ਹੈ। ਛੱਤ ਬੇਸਿਕਲੀ ਉਸਤਾਦ ਮਲਿਕ ਮਨਸੂਰ ਸਾਹਿਬ ਦੇ ਨਾਂ ਤੋਂ ਫੇਮਸ ਹੈ। ਉਹਨਾਂ ਦੇ ਇਹ ਭਾਈ ਨੇ, ਨਾਲ ਉਹਨਾਂ ਦੇ ਇਹ ਸ਼ਾਗਿਰਦ ਨੇ ਸ਼ਾਨੀ ਭਾਈ, ਇਹ ਪਿੱਛੇ ਨਜ਼ਰ ਆ ਰਹੇ ਹੋਣਗੇ। ਅਤੇ ਇਸ ਟਾਈਮ ਤੁਹਾਨੂੰ ਦਿਖਾਉਂਦੇ ਹਾਂ ਕੁਛ ਕਬੂਤਰਾਂ ਦੀ ਵੀਡੀਓ ਜੀ। ਅਸਲਾਮ ਅਲੈਕੁਮ ਰਾਜਾ ਰਾਸ਼ਦ ਬਾਈ, ਕੀ ਹਾਲ ਹੈ, ਕੈਸੀ ਤਬੀਅਤ? UK ਤੋਂ ਜਨਾਬ, ਸਾਡੀ ਪਾਰਟੀ ਦੀ ਸ਼ਾਨ ਹੈ। ਆ ਗਏ ਬੋਸ, ਇਹ ਪਕੜੋ ਜ਼ਰਾ ਮੋਬਾਈਲ। ਮਾਸ਼ਾਅੱਲਾ ਜੀ, ਮਾਸ਼ਾਅੱਲਾ, ਸ਼ਾਹਿਦ ਬਾਈ ਆ ਰਹੇ ਹਨ ਛੱਤ 'ਤੇ। ਮਾਸ਼ਾਅੱਲਾ ਸ਼ਾਹਿਦ ਬਾਈ, ਸ਼ਾਮਾ ਪਾ, ਸ਼ਾਮਾ ਪਾ ਦਿਆਂਗੇ ਉੱਧਰ, ਆਮਲ ਉੱਧਰ ਸ਼ਾਮਾ ਪਾਈ ਜਾ ਰਿਹਾ। ਰੋਹੇਲ ਬੱਟ, ਅਸਲਾਮ ਅਲੈਕੁਮ ਬਾਈ, ਗਲਾਸਿਸ ਮੇਰੇ ਨੀਚੇ ਪੜੇ ਨਾ, ਗਲਾਸਿਸ ਮੇਰੇ ਜੀ। ਰਾਜਾ ਰਸ਼ਦ ਬਾਈ ਕੀ ਹਾਲ ਚਾਲ ਹੈ, ਕੈਸੀ ਤਬੀਅਤ ਹੈ ਜੀ? ਤਾਰਾ ਬਾਈ ਉਹ ਸਾਹਮਣੇ ਸ਼ਾਇਦ ਆਪਣੀ ਛੱਤ ਨਜ਼ਰ ਆ ਰਹੀ ਹੋਵੇ, ਬਿਲਕੁਲ ਫਰੰਟ 'ਤੇ ਹੈਗੀ ਜੇ। ਆ ਜਾਂਦੇ ਕਾਕਾ ਭਾਈ, ਸ਼ੋਅ ਕਰਵਾਉਣਗੇ ਜੀ ਹੁਣ ਸਾਨੂੰ ਕੁਛ ਕਬੂਤਰਾਂ ਦਾ। ਤਾਰਾ ਬਾਈ ਇਹ ਛੱਤ ਹੈ ਜਿੱਥੋਂ ਜੇਠ 2019 ਦੀਆਂ ਬਾਜ਼ੀਆਂ ਲੱਗੀਆਂ ਨੇ 5 ਘਰਾਂ ਨਾਲ। ਅੱਗਾ ਬਾਈ ਕੋਈ ਆਪਣੀ ਪਸੰਦ ਦਾ ਕਬੂਤਰ ਲਿਆ ਕੇ ਸ਼ੋਕ ਆਈ ਐਮ ਗੁੱਡ, ਹਾਊ ਆਰ ਯੂ ਬ੍ਰਦਰ? ਆਈ ਐਮ ਫਾਈਨ ਰਾਜਾ ਰਾਸ਼ਦ ਬਾਈ, ਮੈਂ ਬਿਲਕੁਲ ਠੀਕ ਠਾਕ ਹਾਂ ਜਨਾਬ, ਤੁਹਾਡੀ ਦੁਆਵਾਂ ਨੇ ਭਾਈਆਂ ਦੀਆਂ। ਕੀ ਹੋਣਾ ਅੰਕਲ? ਸ਼ਫਾਕ ਆ ਗਏ ਨੇ ਜੀ ਛੱਤ ਦੇ। ਅਸਲਾਮ ਅਲੈਕੁਮ ਜੀ, ਕੀ ਹਾਲ ਚਾਲ ਹੈ, ਕੈਸੀ ਤਬੀਅਤ ਹੈ? ਹੋਰ ਅੰਕਲ ਜੀ ਤੁਸੀਂ ਸੁਣਾਓ, ਕੈਸੀ ਤਬੀਅਤ ਹੈ? ਸਭ ਠੀਕ ਹੈ, ਲੇਟ ਹੋ ਗਏ ਹੋ ਅੰਕਲ, ਆਉਂਦੇ ਅੱਜ ਕਬੂਤਰ ਪਕੜਾ ਗਏ ਯਾਰ ਇੱਕ। ਖੁਰਮ ਯਾਸੀਨ, ਉਹ ਭਾਈ ਕਬੂਤਰ ਜੀ ਜੀ ਕਾਕੇ ਭਾਈ, ਚੌਧਰੀ ਤਾਰਾ ਸਭ ਕੋ ਸਲਾਮ, ਸਭ ਨੂੰ ਸਲਾਮ ਦੇ ਰਹੇ ਨੇ ਤਾਰਾ ਬਾਈ। ਵਾਲੇਕੁਮ ਸਲਾਮ, ਵਾਲੇਕੁਮ ਸਲਾਮ ਸਾਜੀ ਜੀ। ਕਾਕੇ ਭਾਈ ਇਸ ਕਬੂਤਰ ਦਾ ਸ਼ੋਅ ਕਰਵਾ ਰਹੇ ਨੇ, ਇਹ ਦੇਖਿਆ ਇਹ ਕਬੂਤਰ ਸਾਫ ਕਰ ਕੀ ਬਾਤ ਹੈ, ਕਲੀਅਰ ਹੈ ਕਾਕੇ ਭਾਈ। ਉਲ ਫਾਮ ਰਾਈ ਜੱਟ ਦਾ ਸ਼ੋਕ, ਸ਼ਾਦ ਭਾਈ ਦਾ ਵੀ ਸ਼ੋਕ ਕਰ। ਇੱਕ ਮਿੰਟ, ਕਾਕੇ ਬਾਈ ਇਸ ਕਬੂਤਰ ਦੀ ਸਾਨੂੰ ਖਾਸੀਅਤ ਵੀ ਦੱਸੋ, ਤੁਸੀਂ ਕਬੂਤਰ ਇੰਨੇ ਕਬੂਤਰਾਂ 'ਚ ਕਬੂਤਰ ਫੜ ਕੇ ਲਿਆਇਓ, ਇਹਦੀ ਖਾਸੀਅਤ ਵੀ ਦੱਸੋ ਨਾ। ਬਹੁਤ ਅੱਛਾ ਕਬੂਤਰ ਹੈ ਜੀ, ਸਾਲ ਕੇ ਗਲਗਾ ਜੇ ਪੱਠਾ ਜੀ। ਉਸਤਾਦ ਅਰਸ਼ਦ ਖਾਨ ਨਿਆਜ਼ੀ ਫਰਮਾਨ ਪਰਦੇਸੀ, ਅੱਛਾ ਇਨਸ਼ਾਅੱਲਾ ਅੱਗੇ ਜੇਠ ਮੇ ਬਹੁਤ ਅੱਛੀ ਪਰਵਾਦੇ ਦੇਗਾ ਜੀ ਇਨਸ਼ਾਅੱਲਾ ਇਨਸ਼ਾਅੱਲਾ। ਕਬੀ ਸਿੰਘ ਖਾਸੀਅਤ ਬਤਾਏ ਇਸ ਕਬੂਤਰ ਕੀ? ਖਾਸੀਅਤ ਇਹ ਆਪਕੇ ਸਾਹਮਣੇ ਇਹ ਕਮਗਰ ਕਬੂਤਰ ਹੈ ਜੀ। ਵੈਰੀ ਗੁੱਡ, ਜੱਟ ਦਾ ਸ਼ੋਕ ਸਾਰਾ ਅਰਸ਼ਦ ਖਾਨ ਨਿਆਜ਼ੀ। ਅਸਲਾਮ ਅਲੈਕੁਮ ਸ਼ਾਹਿਦ ਬਾਈ, ਵਾਲੇਕੁਮ ਅਸਲਾਮ ਯਾਰ, ਐਨ ਹੁਣ ਤੂੰ ਬਣਾ ਬਾਜੀ ਨਹੀਂ ਜੇ ਜਿਮੀ ਮਗ
جی دوستو یہ استاد قرآن استاد کرام کا کبوتر ہے مین جہاں پچھلے جیٹ چ بھی اڈیا نام یہ جیمی ہے کام بھی یہ جیمی والے نے یہ اتنے ہی ہوئے گا تو ان شاء اللہ دی مہربانی نال ان شاء اللہ کچھ کر کے ہی بیٹھے گا کبوتر ماری پکڑی آ رہا شانی استاد جی ادھر پچھلے جیٹ دے وچ بچہ چھ چھ پراں دا سی پانچ پانچ چھ چھ پراں دا بچہ سی جڑا پچھلے پورے جیٹ دے وچ سات بازیاں تک گیا اور اڈیا ہے شام لاسٹ پرواز نے کنے وجے بازی چھ ایک چھ بجے دی گئی ہے ایک پرواز دی ایک بجے دی ہے ساڑھے تین ایک پرواز دی میرے خیال نال ہے گی دو کچھ تے جڑا لاسٹ بازی تھی ستویں بازی دو کچھ تے بیٹھا ستویں بازی دو کچھ تے بیٹھا دو کچھ تے بیٹھا جی دوستو دیکھ سکدے اور دو کچھ تے بیٹھ کے بازی بھی جتا کے بیٹھا ویری گڈ لو جی دوستو یہ بھی استاد کرام دی پچھلے جیٹ دی مادی ہے یہ بھی سات بازیاں اڈی ہے ہاں جی سات بازیاں ہاں جی کیا بات ہے یار اللہ پانی پونی پیا بہت اللہ یار شانی شانی تیاری ماشاء اللہ تیاری بہت اچھی ہے اللہ پاک تینوں کامیابیاں دے یار بہت محنت کی ہوئی تھی اس وقت شانی یہ بچے باہر نہیں چھڑ رہے بچے باہر کڈنے ہیں نئے بچے نے سارے اندر باہر کڈنے ہیں شانی یہ کیڑا کبوتر ہے نہیں دسو دا یہ جی پردیسن مادی ہے جی یہ پردیسن مادی ہے جی شاہد بھائی اندر نام ہے پردیسن رکھیا ہے بہت اعلیٰ یار مادی عامر بھائی آ جاؤ عامر بھائی نو دے آ کبوتر عامر صاحب کھچو اپنے اپنے ہاتھ نہ کھینچو گل جی السلام علیکم سید عمر شہرازی فرحان باجوا راجہ راشد محمود آؤٹ کلاس راجہ بھائی چھوٹا بھائی ہے میرا جڑا میری چھت شوق پورا کرواندا ہے میرا ہر سال تے اپنے ہاتھ نہ کبوتر پٹ رہا استاد سٹیفن دی چھت ہے جی عمر بھائی کی حال ہے کیسی طبیعت ہے ٹھیک ہو ماشاء اللہ اللہ پا آل کبوتر نائس بڑی مہربانی راجا راشد بھائی چھوٹا
چلو جی عمران بھائی عمران کے ہاتھ بھی یار کبوتر کھچواؤ ایک عمران ساڈا بھائی ہے عمران نہیں اتنا شوق کر دینا مطلب یہ نہیں ہے کہ عمران اسی اگے نہ لے آئیے شوکو باہر ہے یہ آتا صرف جیٹ دیا بازیاں سید نجم شاہ کاظمی السلام علیکم شاہ جی کی حال چال ہے کیسی طبیعت ہے ٹھیک ہو وحید ڈوگر وحید بھائی کیا حال ہے آپ کا کیسی طبیعت ہے جی عمران بھائی کیا کہیں گے اس کبوتر کے بارے میں آپ جناب مجھے تو بہت اچھا لگا نہیں ہے ہی بہت اچھا ہے ہاں جی ماشاء اللہ آپ دیکھیں آپ بتائیے نا کیا یہ کیا نہیں ہے آپ کو بہتر پتا ہے استاد محترم ہے آپ ہمارے بڑی مہربانی یار آپ یار کرتے اتنا شاید بھائی اس کا بھائی پچھلے سال ساتویں بازی نہیں بیٹھا تھا باقی بازی میں بیٹھتا رہا یہ پٹھا نیا تیار کیا ہے یہی اڑ رہا تھا آپ کے پاس پوروں میں یہ بچہ پٹھا بنا ہے پانچ پانچ چھ چھ گھنٹے یہ بندہ ہوگا جی جی بندہ ہوگا سات گھنٹے پانچ گھنٹے یہ پروازے دینا شروع ہو گیا تھا پھر اس کو روک لیا ویری گڈ اچھا کیا تھا روکنا ہی بنتا تھا بھائی جتنا لگڑ بیری پڑ رہا ہے ساتھ والا جال یار ایک بڑا بہت بڑا شوقین ہے اس کا جال پڑا ہوا یہ یہ نہ صرف کے محلے کی جان ہے بلکہ محلے کی رونق ہے قید ہے محلے کی قید ہے جو پکڑ لے وہ قید ہے تو ارشد خان نیازی بھائی اپنا جال وہ سامنے پڑا ہوا ہے شاید آپ کو نظر آئے ویڈیو میں یا نہ نظر آئے وہ سامنے نیلی ٹینکی کے ساتھ دیکھیں جال پڑا ہوا ہے وہ چھت میری ہے وہ اورنج جال جو سامنے پڑا جس میں کبوتر ہل بھی رہے ہیں اڑے بھی ہوئے کبوتر وہ چھت ہے میری اور شانی بھائی سب ٹھیک ہے عبداللہ خان صفی استاد کرام کدھر نے ظفر خان نیازی السلام علیکم استاد جی کی حال چال ہے کیسی طبیعت ہے آ رہی ہے نظر بڑی مہربانی جی ارشد خان نیازی بھائی وہ چھت آپ بھائیوں کی جناب ظفر بھائی آ رہا ہوں قصور میں بس اب اور آدھے گھنٹے تک پہنچ جاؤں گا ادھر نوید آ رہا ہے راستے میں ہے وہ آ گئے استاد جی وعلیکم السلام بالکل ٹھیک ٹھاک استاد جی کو تسی اپنی کوئی رہنمائی کرو سارے جڑے آنے والے کبوتر باز نے تو تھوڑا تو ماشاء اللہ تجربہ بڑا ساری عمر کبوتر بازی چ گزارتی ہے تسی کوئی میسج دو اج کل جڑے ینگ جنریشن جڑی کہندی ہے کہ اسی اج بچہ چڑھیے تے کل شام نو پوے اج جوڑا لئیے تے کل بچے او نیرے چ بھاوے دیکھو جی اج کل تے سارے ہی لوگ جننے وی نے اچھے سمجھدار نے اج کل تے زیادہ تر بچے جڑے نے او کہندے نے کہ بس اسی استاداں لوکاں نو کی سمجھنی ہے ہاں جی استاد جی لہٰذا انہوں نے چاہیے ہے کہ اپنے استاداں دے نال اپنا تامن کرن تے اپنے استاداں کو پہلے سیکھن تے پھر استاداں دی خدمت کرن پھر خداوند انہاں نوں سارے برکت دے گا صحت دے گا آمین اچھا شوق ہوئے گا انہاں دا اور اچھا نام کڈن گے اپنے استاداں دی خدمت کرن بس میرے نوں ایہی بس پیغام ہے ویری گڈ میسج اور جناب بالکل ٹھیک ٹھاک استاد محترم بڑی مہربانی دوست پوچھ رہے ہیں کہ نال دا جال کیندا پیا میں کہا جی اے محلے دی رونق ہے ساڈے ہاں جی اے انہاں دا جال ہے جی ارشد خان بھائی قسمت کے ساتھ ہی لگتا ہے اچھا جوڑا اور مقدروں کے ساتھ ہی بچے اڑتے ہیں کھاپتے ہیں ایویں تو نہیں بنی کہ پلائے کوئی اور اڑائے کوئی
लो जी दोस्तों ज़्यादा दो मनु जा रहे हैं उस्ताद मदन न्याजी साहब के कोल कसूर, इंशाल्लाह थोड़ी देर बाद फिर मुलाकात होती है लाइव। ओके जी अल्लाह हाफिज़, बाय बाय। ओके जी, ओके जी अल्लाह हाफिज़, बहुत शुक्रिया भैजन साहब उस्तादों का, अल्लाह हाफिज़। ओके जी उस्ताद जी, अल्लाह हाफिज़ जी।